ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸੋ ਨਗਰ ਵਾਸੀ ਸੰਗਤਾਂ ਨੂੰ ਪਤਾ ਹੀ ਹੈ ਭਾਈ, ਦੱਸਿਆ ਵੀ ਜਾਂਦਾ ਹੈ ਪਰਸੋਂ ਰੋਜ਼ ਤੋਂ ਬਾਬਾ ਹਰੀਦਾਸ ਜੀ ਦੇ ਪਵਿੱਤਰ ਸਥਾਨਾਂ ਦੇ ਸਵਰਗਵਾਸੀ ਸਰਦਾਰ ਧਰਮ ਸਿੰਘ ਜੀ ਢਿੱਲੋਂ ਸਟੂਡੀਓ, ਸਰਦਾਰ ਸਤਨਾਮ ਸਿੰਘ ਜੀ ਢਿੱਲੋਂ ਸਟੂਡੀਓ, ਉਹਨਾਂ ਦੇ ਪਰਿਵਾਰ, ਖਾਸ ਰਿਸ਼ਤੇਦਾਰ ਸਰਦਾਰ ਦਰਸ਼ਨ ਸਿੰਘ ਜੀ ਵੱਲੋਂ ਵਾਰ ਤੋਂ ਗਰੇ ਵਾਰ ਪਰਿਵਾਰ ਵੱਲੋਂ ਇਸ ਸਥਾਨਾਂ ਦੇ ਕਿਸੇ ਸੋਹਣੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਾਉਣ ਦਾ ਸਤਿਕਾਰ ਕੀਤਾ ਸੀ। ਉਸ ਸਰਕਾਰ ਵੱਲੋਂ ਪੂਰਾ ਕਰਦੇ ਹੋਏ ਪਰਸੋਂ ਰੋਜ਼ ਤੋਂ ਢੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਹਨ, ਅੱਜ ਹੋ ਗਏ ਹਨ। ਤਕਰੀਬਨ 8:30 ਵਜੇ ਨਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਜਾਣੇ ਹਨ। 9:15 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਸਨ। ਉਸ ਤੋਂ ਬਾਅਦ ਕਲਯੁਗ ਦੇ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਭਾਗ ਅਨੁਸਾਰ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਵਾਲੇ ਉਹਨਾਂ ਦੇ ਜੱਥੇ ਵੱਲੋਂ ਭਾਈ ਕੀਰਤਨ ਕੀਤਾ ਜਾਣਾ ਹੈ। ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਭਾਈ ਸਮੇਂ ਸਿਰ ਪਹੁੰਚ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਰਵਣ ਕਰੋ, ਨੌਵੇਂ ਮਹੱਲੇ ਦੇ ਸਲੋਕ ਸਰਵਣ ਕਰੋ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਮਸਕਾਰ ਕਰੋ। ਗੁਰੂ ਕਾ ਲੰਗਰ ਤਿਆਰ ਹੋ ਰਿਹਾ ਭਾਈ, ਸਾਰੀ ਸੰਗਤ ਨੂੰ ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਗੁਰੂ ਘਰ ਵਿਖੇ ਛਕਣਾ ਹੈ। ਆਪ ਜੀ ਦਾ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੂਲ ਨਾਲ
Yeah.
Kabhi naan kahan
ਸ਼ੌਕ ਲੱਗੇ ਜਾਂਦਾ ਬਸ ਨਹੀਂ ਭੁੱਲ ਜਾਂਦਾ Thank you.
ਠੀਕ ਆ ਜਾਣ ਦੇਣਾ ਨਾ ਕੋਈ ਨਾ ਜਾਣ ਦੇਣਾ ਉਹਨਾਂ ਨੇ ਨਾਲ ਖੜ ਜਾ ਕੋਈ ਨਾ ਅੱਗੂ ਰਵੇਗਾ ਜਾਣ ਨੂੰ ਬਾਅਦ ਚ ਬੋਲੋ ਰਵੇ ਲੱਗੀ ਸਿਰਾਣੇ ਵਾਲੀ ਸਾਈਡ ਰੱਖ ਦੋ ਮੈਂ ਕਹਿੰਦਾ ਇੱਕ ਨੇ ਉੱਪਰੇ ਰੱਖ ਦੇ ਸਿਰਾਣੇ ਵਾਲੇ ਪਾਸੇ ਰੱਖ ਦੇ ਆ ਪੂਰਾ ਉੱਧਰ ਨੂੰ ਮਾਰੀ ਰੱਖ ਦੇ ਉਹ ਚਾਦਰ ਲੋਟ ਕਰਕੇ ਲਾ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਸੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲੈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨਾਮ ਸਹਾਇ ਅਰਜੁਨ ਹਰਗੋਬਿੰਦ ਨਾ ਸਿਖੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਇਆ ਬਿਸ਼ਵਿਖਾ ਸਤ ਜੈ ਤੇਗ ਬਹਾਦਰ ਸਿਮਰਿਆ ਘਰ ਨੌਨੀ ਦੌਲੇ ਤਾਏ ਸਭ ਤਾਈ ਹੁਣ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀ ਦਾਤ ਦਾ ਧੰਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਕੀ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਾਂ ਦੇ ਚਾਲੀ ਮੁੱਖੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਖਾਲਸਾ ਜੀ ਸਾਹਿਬ ਵੱਲੋਂ ਕੀ ਜਿਨ੍ਹਾਂ ਗੁਰਮੁਖ ਪਿਆਰਿਆਂ ਸੁਖਿਆਰਿਆਂ ਨਾਮ ਜਪਿਆ ਵੰਡ ਕੇ ਛਕਿਆ ਦੇ ਚੜਾਈ ਤੇ ਗਵਾਹੀ ਦੇ ਕੇ ਅਮਿਟ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਛੋਪੜੀਆਂ ਲਵਾਈਆਂ ਚੱਕੜੀਆਂ ਤੇ ਚੜੇ ਤਾਂ ਨੌਜਵਾਨੀ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਨੂੰ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸੰਸਵਾਸਾਂ ਦੇ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਪ੍ਰਕਾਸ਼ ਸਾਡੀ ਸਾਰੇ ਵੱਲੋਂ ਕੀ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰੱਖਿਆ ਗਿਆ ਏ
ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਗੁਰਬਾਣੀ ਬੋਲੋ ਕੀ ਵਾਰ ਵਾਹਿਗੁਰੂ ਜੀ ਦੇ ਗੁਰਸਿੱਖਾਂ ਦਾ ਮਾਨੀ ਮਾਮਤ ਜੀ ਮਤਵਾ ਦੀ ਰੱਖੇ ਕਾਲ ਪ੍ਰਕਾਸ਼ ਜੀਓ ਸਿੱਖਾਂ ਨੂੰ ਸਿੱਖੀ ਦਾਨ ਕੇ ਇਸਨਾ ਰਹਿ ਤਾਂ ਪੂਰੇ ਕੰਮ ਸਾਰਾ ਨਾਮ ਤੋਂ ਸਾਰਾ ਨਾਮ ਦਾਨਾ ਸਿੱਧਾ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਸੂਚਨਾ ਚੌਕੀਆਂ ਢੰਡੇ ਡੁੱਗੇ 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 ਤਦ ਧਰਮ ਕਾ ਜੈ ਕਾਸ਼ਵਾਸੋਂ ਸਾਹਿਬ ਹੋਣਾ ਤਾਂ ਪ੍ਰੋਬਲਮ ਉਨਕਾ ਦੁੱਖ ਚੋਣਾ ਬਾਣਿਆ ਦੀ ਮਾਨਸਾ ਜੀ ਸੰਤਾਣਿਆਂ ਦੇ ਤਾਂ ਸਤਿਗੁਰੂ ਨੇ ਆਪਣੇ ਆਪਣੀ ਪਾਤਸ਼ਾਹ ਦੀਓ ਆਪ ਜੀ ਦੇ ਚਰਨਾਂ ਕਮਲਾਂ ਚ ਸਤਿਗੁਰੂ ਜੀ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਸਤਕ ਸਿਖਰਾਵੇ ਸਤਿਗੁਰੂ ਪਾਤਸ਼ਾਹ ਦੀਓ ਆਪ ਜੀ ਦੇ ਘਰ ਦਰ ਦੇ ਪ੍ਰੀਤਵਾਨ ਬੀਬੀ ਮਨਪ੍ਰੀਤ ਕੌਰ ਸਪੁੱਤਰੀ ਸਰਦਾਰ ਦਰਸ਼ਨ ਸਿੰਘ ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਪਰਿਵਾਰ ਨੇ ਰਲ ਮਿਲ ਕੇ ਕਿਸੇ ਵਕਤ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਕੀਤੀ ਸੀ ਸਤਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼੍ਰੀ ਮਾਨ ਸੰਤ ਬਾਬਾ ਹਰਦਾਸ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਸਿੱਖ ਪਰਿਵਾਰ ਵੱਲੋਂ ਪਰਸੋਂ ਦੇ ਰੋਏ ਤੋਂ ਟੋਟ ਅਤੇ ਆਸਰੇ ਤੱਕਦਿਆਂ ਹੋਇਆਂ ਧੜਕੀ ਬਾਣੀ ਆਈ ਤਿੰਨ ਸਾਲੀ ਚੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜਾਪ ਆਰੰਭ ਕਰਾਏ ਸਨ ਆਪ ਜੀ ਦੀ ਅਪਾਰਸ਼ ਰਹਿਤ ਕਿਰਪਾ ਹੋਈ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਤ ਗੁਰ ਭੋਗ ਪਾਏ ਗਏ ਹਨ ਪਾਠੀਆਂ ਸਿੰਘਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਅਤੇ ਸੇਵਕਾਂ ਨੇ ਸੇਵਾ ਕੀਤੀ ਸਤਿਗੁਰੂ ਜੀਓ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਪੰਜਾਬ ਬੱਚੇ ਸੁਣ ਕੇ ਮਾਫ ਕਰਨੀਆਂ ਸਮਾਪਤ ਬਖਸ਼ਿਸ਼ ਕਰਨੀ ਜਿਹਨਾਂ ਆਸਾ ਭਾਵਨਾਵਾਂ ਨੂੰ ਰੱਖ ਕੇ ਸੇਵ ਪਰਿਵਾਰ ਨੇ ਗੁਰਬਾਣੀ ਦੇ ਜਾਪ ਕਰਵਾਏ ਹਨ ਇਹਨਾਂ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਦੇਸ਼ ਪ੍ਰਦੇਸ਼ ਅੰਗ ਸੰਗ ਸਹਾਇਤਾ ਕਰਨੀ ਭੋਗ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀਓ ਗੁਰਸਿੱਖ ਪਰਿਵਾਰ ਵੱਲੋਂ ਬਾਪ ਜੀ ਨੂੰ ਸੁੰਦਰ ਪੈਸ਼ਾ ਕੇ ਪਹਿਨਾਏ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਸੇਵਕਾਂ ਦੇ ਸੰਗਤਾਂ ਦੇ ਪਰਦੇ ਢੱਕਣੇ ਸੇਵਕਾਂ ਦੀ ਸੇਵਾ ਲੇਖੇ ਲਾਉਣੀ ਸਤਿਗੁਰੂ ਜੀਓ ਆਪ ਜੀ ਦੀ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀਆਂ ਦੇਗਾਂ ਸਜ ਕੇ ਹਾਜ਼ਰ ਹੋਈਆਂ ਦਰ ਤੇ ਪ੍ਰਵਾਨ ਹੋਵੇ ਭੁੱਖ ਲੱਗੇ ਸੀਤ ਪ੍ਰਸ਼ਾਦ ਸਮੂਹ ਸੰਗਤਾਂ ਦੀ ਰਸਮੀ ਲਾਇਕ ਹੋਵੇ ਸਤਿਗੁਰੂ ਜੀਓ ਕਰੋ ਕਿਰਪਾ ਹੋਈ ਤਾਂ ਹੁਕਮਨਾਮੇ ਬਖਸ਼ਿਸ਼ ਕਰੋ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਗੁਰਮੁਖ ਪਿਆਰੇ ਵੱਲੋਂ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਓ ਕਿਆ ਭਈ ਅਕਾਲ ਕੀ ਕਵੀ ਚਲਾਇਓ ਪੰਥ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੇ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਤਰੇ ਪਾਰ ਗੁਰ ਪਾਰ ਉਤਾਰ ਹਾਰ ਗੁਰ ਪਾਰ ਉਤਾਰ ਹਾਰ ਸ੍ਰੀ ਅਕਾਲ ਮੇਰਾ ਮਨ ਤਾਂ ਸੀਤਲ ਹੋਏ ਸੁਖੋ ਕਾਲ ਦੇਵੀ